ਸਤਿਕਾਰ ਜੀ ਸਾਰਿਆਂ ਨੂੰ। ਤੁਹਾਨੂੰ ਪਤਾ ਹੀ ਆ, ਤੁਸੀਂ ਸਾਰਿਆਂ ਨੇ ਇੰਟਰਵਿਊ ਦੇਖੀ ਆ। ਬਾਕੀ ਕੁਛ ਭੈਣ ਭਰਾ ਸਾਡੀਆਂ ਭੈਣਾਂ ਬਹੁਤ ਕਮੈਂਟ ਕਰਕੇ ਜਾਣ ਕੇ ਸਾਤੋਂ ਪੁੱਛਦੇ ਸੀ ਵੀ ਕੀ ਗੱਲ ਹੋਈ ਆ, ਵੀ ਭੈਣ ਦੀ ਇਹ ਹਾਲਤ ਵੀ ਕਿੱਦਾਂ ਹੋਈ ਆ। ਕਹਿ ਲਓ ਤੁਸੀਂ 28 ਮਈ 2022 ਜਦੋਂ ਸਿੱਧੂ ਮੂਸੇਵਾਲਾ ਮਾਰਿਆ, ਉਹ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਜਾਣ ਕੇ ਇਹ ਦੁਰਘਟਨਾ ਜਿਹੜੀ ਹੁੰਦੀ ਆ। ਘਰੋਂ ਅਸੀਂ ਹੱਸਦੇ ਖੇਡਦੇ ਨਿਕਲਦੇ ਹਾਂ, ਕੋਈ ਮਨ ਚਿੱਤ ਨਹੀਂ ਸੀ, ਸੋਚਿਆ ਨਹੀਂ ਸੀ ਵੀ ਆਉਣ ਵਾਲਾ ਜਿਹੜਾ ਟਾਈਮ ਆ ਵੀ ਉਹ ਇੰਨਾ ਭਿਆਨਕ ਹੋਊਗਾ, ਵੀ ਉਹਨੇ ਸਾਰੀਆਂ ਖੁਸ਼ੀਆਂ ਜਿਹੜੀਆਂ ਨਾ ਵੀ ਉਹ ਸਾਰੀਆਂ ਇੱਕ ਕਹਿ ਲਓ ਕਿ ਵੀ ਸਾਰੇ ਸੁਪਨਿਆਂ 'ਤੇ ਪਾਣੀ ਫਿਰ ਜਾਣਾ, ਕਦੇ ਨਹੀਂ ਸੀ ਸੋਚਿਆ। ਬਸ ਰੁਪਿੰਦਰ ਮੇਰੇ ਨਾਲ ਹੁੰਦੀ ਆ, ਆਲਟੋ ਕੇਟਨ ਜਾਣੀ ਕਿ ਕਾਰ ਹੁੰਦੀ, ਇਹ ਉਹਦੇ ਜਾਣੀ ਕਿ ਲੈਫਟ ਸਾਈਡ 'ਤੇ ਮੂਹਰੇ ਬੈਠੀ ਹੁੰਦੀ ਆ ਮੇਰੇ ਨਾਲ। ਅਸੀਂ ਹੱਸਦੇ ਖੇਡਦੇ ਗੱਲਾਂ ਬਾਤਾਂ ਕਰਦੇ ਜਾਂਦੇ ਹਾਂ ਫਗਵਾੜੇ ਨੂੰ, ਪਿੰਡੋਂ ਜਾਣੀ ਕਿ ਫਗਵਾੜੇ ਨੂੰ ਜਾਂਦੇ ਹਾਂ। ਬਸ ਤੁਸੀਂ ਕਹਿ ਲਓ ਕਿ ਵੀ ਮੂਹਰਿਓਂ ਬਹੁਤ ਓਵਰ ਸਪੀਡ 'ਚ ਗੱਡੀ ਆਉਂਦੀ ਸੀਗੀ ਸਕੋਰਪੀਓ, ਅਤੇ ਇੱਧਰੋਂ ਆਪਾਂ ਵੀ ਜਾਣੀ ਕਿ ਤੇਜ਼ ਹੀ ਸੀਗੇ, ਉਹ ਵੀ ਤੇਜ਼ ਸੀ ਗੱਡੀ। ਨੋਰਮਲੀ ਤੁਹਾਨੂੰ ਪਤਾ ਹੀ ਆ ਬੰਦਾ ਹੈ ਨਾ 70-80 'ਤੇ ਹੁੰਦੀ ਆ, ਆਪਾਂ ਚਲਾਉਂਦੇ ਹਾਂ। ਬਸ ਇੰਨਾ ਪਤਾ ਵੀ ਇੱਕਦਮ ਜਾਣੀ ਕਿ ਗੱਡੀ ਦੀ ਸਾਈਡ ਦਾ ਟੱਕਰ ਹੋਈ, ਅਤੇ ਨਾਲ ਹੀ ਜਾਣੀ ਕਿ ਮੈਂ ਬ੍ਰੇਕਾਂ ਲਾ ਦੀਆਂ, ਬ੍ਰੇਕਾਂ ਜਦੋਂ ਲਾਈਆਂ ਗੱਡੀ ਘੁੰਮ ਕੇ ਦਰਖਤ 'ਚ ਵੱਜੀ। ਜਦੋਂ ਦਰਖਤ ਦੇ ਵਿੱਚ ਵੱਜੀ ਜਾਣੀ ਕਿ ਗੱਡੀ ਹੈ ਨਾ, ਵੀ ਉਸ ਟਾਈਮ ਕਹਿ ਲਓ ਕਿ ਵੀ ਮੇਰੀ ਜਿਹੜੀ ਛਾਤੀ ਸੀ ਨਾ, ਮੋਰੋ ਜਿਹੜਾ ਗੱਡੀ ਦਾ ਇੰਜਣ ਸੀਗਾ ਵੀ ਉਹ ਪਿੱਛੇ ਨੂੰ ਆ ਗਿਆ, ਡੈਸ਼ਬੋਰਡ ਦੇ ਵਿੱਚ ਤਾਂ ਸਟੇਰਿੰਗ ਦੇ ਵਿੱਚ ਜਾਣੀ ਕਿ ਇੱਦਾਂ ਪਿੱਛੇ ਨੂੰ ਇੰਜਣ ਆ ਗਿਆ, ਮੇਰੀ ਜਿਹੜੀ ਛਾਤੀ ਸੀ ਨਾ ਉਹ ਗੱਡੀ ਦੇ ਵਿੱਚ ਆ ਗਈ। ਮੈਨੂੰ ਇੰਨਾ ਪਤਾ ਲੱਗਦਾ ਰੁਪਿੰਦਰ ਮੈਨੂੰ ਕਹਿੰਦੀ ਆ ਵੀ ਠੀਕ ਆ ਤੂੰ, ਮੈਂ ਕਿਹਾ ਬਸ ਇਹ ਤੋਂ ਬਾਅਦ ਮੈਨੂੰ ਕੁਛ ਨਹੀਂ ਪਤਾ ਵੀ ਮੈਂ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ। ਉਹ ਜਾਣੀ ਕਿ ਵੀ ਮੈਨੂੰ ਇੱਕ ਘੰਟਾ, ਅੱਧਾ ਪੌਣਾ ਘੰਟਾ ਮੰਨ ਲਓ, ਚਾਹੇ ਇੱਕ ਘੰਟਾ ਮੰਨ ਲਓ ਹੈ ਨਾ, ਵੀ ਉਸ ਤੋਂ ਬਾਅਦ ਮੈਨੂੰ ਹੋਸ਼ ਆਉਂਦੀ ਆ। ਜਦੋਂ ਹੋਸ਼ ਆਉਂਦੀ ਆ ਵੀ ਰੁਪਿੰਦਰ ਦਾ ਉਹ ਹਾਲਤ ਦੇਖੀ, ਮੈਂ ਡਾਕਟਰਾਂ ਤੋਂ ਜਾਂਦਾ, ਮੈਂ ਕਿਹਾ ਰੁਪਿੰਦਰ ਠੀਕ ਆ, ਉਹ ਕਹਿੰਦੇ ਵੀ ਮੈਂ ਇਹਨੂੰ ਪੁੱਛਦਾ ਵੀ ਰੁਪਿੰਦਰ ਕਿੱਦਾਂ ਵੀ ਤੂੰ ਠੀਕ ਆ। ਵੀ ਉਸ ਟਾਈਮ ਤੁਸੀਂ ਜਿਹੜੇ ਇਹਨੇ ਹੈ ਨਾ ਉਹ ਲਫ਼ਜ਼ ਮੂੰਹ 'ਚੋਂ ਕੱਢੇ ਵੀ ਮੈਂ ਕਦੇ ਨਹੀਂ ਸੀ ਸੋਚਿਆ ਵੀ ਆਹ ਕੁਛ ਹੋਜੂਗਾ, ਮੈਂ ਕਿਹਾ ਰੱਬਾ ਮੇਰੀ ਭਾਵੇਂ ਜਾਨ ਲੈ ਲੈਂਦਾ, ਪਰ ਰੁਪਿੰਦਰ ਨਾਲ ਇੱਦਾਂ ਨਾ ਹੁੰਦੀ। ਬਾਕੀ ਰੁਪਿੰਦਰ ਜਦੋਂ ਮੈਨੂੰ ਤਾਂ ਜਾਣੀ ਕਿ ਹੋਸ਼ ਹੋਸਪਿਟਲ ਆਈ, ਤੇਰੇ ਨਾਲ ਕੀ ਹੋਇਆ ਜਿੱਦਾਂ ਵੀ ਤੂੰ ਗੱਡੀ ਇੱਕਦਮ ਜਾਣੀ ਕਿ ਵੱਜੀ, ਕੀ ਸੀ ਉਹ ਹਾਦਸਾ? ਹਾਂ ਰਿੰਦਰ, ਆਪਣੇ ਵਿਆਹ ਨੂੰ ਵੀ ਜਿੱਦਾਂ 6 ਮਹੀਨੇ ਹੀ ਹੋਏ ਹੁੰਦੇ, ਬਾਹਾਂ 'ਚ ਵੀ ਮੇਰੇ ਉੱਦੀ ਚੂੜਾ ਹੁੰਦਾ ਆ, ਤੇ ਗੱਲ ਇੱਦਾਂ ਹੁੰਦੀ ਆ ਮੈਂ ਸੀਟ ਬੈਲਟ ਵੀ ਨਹੀਂ ਲਗਾਈ। ਦੇਖੋ ਮੇਰੀ ਇੰਨੀ ਮਾੜੀ ਕਿਸਮਤ, ਸਾਹਮਣੇ ਨਾ 2 ਜੋੜੇ ਐਨਕਾਂ ਦੇ ਪਏ ਹੁੰਦੇ, ਪਹਿਲਾਂ ਮੈਂ ਲਾ ਲਿਆ, ਜਦੋਂ ਮੈਂ ਐਕਸੀਡੈਂਟ ਤੋਂ ਸਿਰਫ 2 ਮਿੰਟ ਪਹਿਲਾਂ ਮੈਂ ਐਨਕਾਂ ਲਾ ਕੇ ਰੱਖ ਦਿੱਤੀਆਂ। ਪਹਿਲਾਂ ਮੈਂ ਨਾ ਜਿਹੜੀ ਸੀਟ ਹੁੰਦੀ ਤਾਂ ਪਿੱਛਾ ਨੂੰ ਕਰਕੇ ਲੰਮੀ ਪਈ ਦੇ, ਉਹ ਵੀ ਮੈਂ 2 ਮਿੰਟ ਪਹਿਲਾਂ ਹੀ ਉੱਠੀ ਸੀਗੀ। ਜਦੋਂ ਆਪਣੀ ਨਾ ਗੱਡੀ ਤੂੰ ਇੱਦਾਂ ਮੋੜਦਾ ਸਾਈਡ ਨੂੰ ਹੈ ਨਾ, ਆਪਣੀ ਜਦੋਂ ਬ੍ਰੇਕ ਲਾਉਣਾ ਵੀ ਉਹ ਖੇਤ ਨੀਵਾਂ ਹੁੰਦਾ, ਥੋੜ੍ਹੀ ਗੱਡੀ ਇੱਦਾਂ ਪਲਟ ਜਾਂਦੀ, ਮੈਂ ਦੇਖਣ ਲਈ ਹੈ ਨਾ ਇੱਕ ਤਾਂ ਬ੍ਰੇਕ ਜੋਰ ਨਾਲ ਹੀ ਅੱਗੇ ਨੂੰ ਗਈ, ਦੇਖਣ ਵੀ ਗੱਡੀ ਕਿੱਥੇ ਲੱਗਣ ਲੱਗੀ, ਵੀ ਦੱਸ ਇੰਨਾ ਹੀ ਮੈਂ ਪਾਗਲ ਜਾਂ ਕੁਛ ਹੈ ਨਾ, ਵੀ ਪਤਾ ਨਹੀਂ ਪੜਦਾ ਹੀ ਪੈ ਗਿਆ ਦਿਮਾਗ 'ਤੇ। ਜਦੋਂ ਮੈਂ ਅੱਗੇ ਨੂੰ ਹੁੰਦੀ ਹਾਂ ਨਾ ਲਿਆਂਦਰ, ਮਤਲਬ 1 ਸਕਿੰਟ ਵੀ ਜ਼ਿਆਦਾ ਹੁੰਦਾ, 1 ਸਕਿੰਟ ਤੋਂ ਵੀ ਪਹਿਲਾਂ ਮੇਰੀਆਂ ਅੱਖਾਂ ਦੇ ਮੋਹਰੇ ਰੋਸ਼ਨੀ ਤੋਂ ਕਾਲਾ ਹਨੇਰਾ ਰਾਤ ਵਰਗਾ ਹੋ ਜਾਂਦਾ, ਅਤੇ ਉਸ ਟਾਈਮ ਇੰਨੀ ਡਰੀ ਹੁੰਦੀ ਹੈ, ਇੰਨੀ ਘਬਰਾ ਜਾਂਦੀ, ਮੇਰੇ ਕੋਲ ਜਿੱਦਾਂ ਕੋਈ ਮੇਰਾ ਨਾ ਫੇਸ ਹੀ ਸਾਰਾ ਸੁੰਨ ਹੋ ਗਿਆ ਹੁੰਦਾ, ਅਤੇ ਮੈਂ ਨਾ ਇੰਨੀ ਡਰ ਜਾਂਦੀ, ਪਹਿਲਾਂ ਮੈਂ ਆਪਣੇ ਆਪ ਨੂੰ ਚੈੱਕ ਕਰਦੀ ਹਾਂ ਵੀ ਮੈਂ ਠੀਕ ਹਾਂ, ਮੈਂ ਕਿਹਾ ਹਾਂ ਰੁਪਿੰਦਰ ਵੀ ਤੇਰੀ ਜਾਨ ਤਾਂ ਬਚ ਗਈ, ਮੈਂ ਗੱਡੀ ਤੋਂ ਨਾ ਤਾਕੀ ਖੋਲ੍ਹ ਕੇ ਬਾਹਰ ਭੱਜ ਜਾਂਦੀ, ਮੈਂ ਤੈਨੂੰ ਪੁੱਛ ਨਹੀਂ ਦਿੰਦਾ ਤੂੰ ਠੀਕ ਆ, ਤੂੰ ਰੀਨਕ ਬਾਜ ਕਰਦਾ ਹਾਂ ਵੀ ਮਤਲਬ ਤੂੰ ਤਾਂ ਕੁਛ ਬੋਲਦਾ, ਮੈਂ ਨਾ ਉੱਥੇ ਰੌਲਾ ਪਾਉਣ ਲੱਗ ਪਈ, ਕਿੰਨੇ ਲੋਕ ਇਕੱਠੇ ਹੋ ਜਾਂਦੇ ਮੈਨੂੰ ਪਾਣੀ ਪਿਲਾਉਣ ਲੱਗ ਪੈਂਦੇ। ਮੈਂ ਕਿਹਾ ਮੇਰੇ ਲੱਗਦਾ ਜਿਹੜੇ ਡੇਲੇ ਆ ਅੱਖਾਂ 'ਚੋਂ ਬਾਹਰ ਨਿਕਲ ਕੇ ਡੈਗ ਗਏ, ਅੱਖਾਂ ਦੇ ਵਿੱਚ ਡੇਲੇ ਹੈ ਹੀ ਨਹੀਂ ਸੀਗੇ, ਮਤਲਬ ਅੰਦਰ ਨੂੰ ਧੱਸ ਗਏ ਸੀਗੇ। ਕਹਿੰਦੇ ਨਹੀਂ ਵੀ ਤੇਰੇ ਮੱਥੇ 'ਤੇ ਸੱਟ ਲੱਗੀ, ਉਹ ਖੂਨ ਵਿੱਚ ਪੈ ਗਿਆ, ਤਾਂ ਕਰਕੇ ਫਿਰ ਮੈਂ ਤਸੱਲੀ ਕੀਤੀ, ਮੈਂ ਕਿਹਾ ਚੱਲ ਖੂਨ ਨਿਕਲੇ ਜਾਣਾ ਮੈਨੂੰ ਦਿਖ ਜਾਣਾ। ਉਸ ਟਾਈਮ ਮੈਨੂੰ ਨਾ 1 ਅੱਖ ਤੋਂ 20% ਦਿਖਦਾ ਸੀ, ਪਰ ਜਿੱਦਾਂ ਜਿੱਦਾਂ ਟਾਈਮ ਹੁੰਦਾ ਜਾਂਦਾ ਕਿਉਂਕਿ ਘੰਟੇ ਬਾਅਦ ਹੋਸਪਿਟਲ ਲੱਗਿਆ ਗਿਆ, ਉਹ ਜਿਹੜਾ ਨਾ 20% ਦਿਖਦਾ ਸੀ ਧੁੰਦਲਾ, ਉਹ ਵੀ ਹਨੇਰੇ ਵਿੱਚ ਬਦਲ ਗਿਆ। ਮਤਲਬ ਜਦੋਂ ਡਾਕਟਰ ਦੇ ਲੈ ਕੇ ਜਾਂਦੇ ਬਸਰਾ ਹੋਸਪਿਟਲ ਫਗਵਾੜਾ, ਤੇ ਡਾਕਟਰ ਮੈਨੂੰ ਕਹਿੰਦਾ ਕੁੜੀਏ ਸ਼ੁਕਰ ਕਰ ਤੇਰੀ ਜਾਨ ਬਚ ਗਈ। ਮੈਂ ਕਿਹਾ ਡਾਕਟਰ ਸਾਹਿਬ ਜਾਨ ਬਚ ਗਈ? ਕਹਿੰਦਾ ਹਾਂ ਕੁੜੀਏ ਬਚ ਗਈ। ਉਹ ਮੇਰੇ 40 ਤੋਂ 45 ਟਾਂਕੇ ਲਾਉਂਦਾ, ਕਹਿੰਦਾ ਤੇਰਾ ਫੇਸ ਵੀ ਪੂਰਾ ਫਟ ਚੁੱਕਾ, ਤੇ ਮੈਨੂੰ ਕਹਿੰਦਾ ਆਪਣੇ ਸੀਨੀਅਰ ਡਾਕਟਰ ਨੂੰ ਕਹਿੰਦਾ ਕਹਿੰਦਾ ਕੁੜੀ ਦੀ MRI ਕਰਵਾਓ, ਕਹਿੰਦਾ ਕਿਤੇ ਇੱਦਾਂ ਨਾ ਹੋਵੇ ਜਿਹੜੀ ਇੱਕ ਦਿਮਾਗ 'ਤੇ ਦਿਲ ਨੂੰ ਨਾੜ ਜਾਂਦੀ, ਕੰਨ ਦੇ ਪਿੱਛੇ, ਕਹਿੰਦਾ ਕਿਤੇ ਉਹ ਨਾ ਕੱਟ ਕੁਛ ਹੀ ਹੋਵੇ। ਫੇਰ ਕਹਿੰਦਾ ਵੀ ਆਪਾਂ ਅਗਾਂਹ ਕੁਛ ਵੀ ਨਹੀਂ ਕਰ ਸਕਦੇ, ਯਾਦਾਸ਼ਤ ਵੀ ਜਾ ਸਕਦੀ, ਜਾਨ ਵੀ ਜਾ ਸਕਦੀ, ਵੀ ਕੁਛ ਵੀ ਹੋ ਸਕਦਾ। ਮੈਂ ਕਿਹਾ ਡਾਕਟਰ ਸਾਹਿਬ ਅੱਖਾਂ 'ਚੋਂ ਬਲੱਡ ਕੱਢਣਾ? ਕਹਿੰਦਾ ਬੇਟਾ ਆਪਾਂ ਦੇਖਦੇ। ਜਦੋਂ ਉਹਨਾਂ ਨੇ ਮੇਰੀ ਅੱਖਾਂ ਖੋਲ੍ਹੀਆਂ, ਅੱਖਾਂ ਤਾਂ ਖੁੱਲ੍ਹ ਗਈਆਂ ਸੀ, ਪਤਾ ਹੀ ਨਹੀਂ ਸੀ ਅੱਖਾਂ ਹੈਗੀਆਂ ਬਚਣੇ। ਕਹਿੰਦਾ ਨਹੀਂ ਬੇਟਾ ਵੀ ਅੱਖਾਂ ਤਾਂ ਥੋੜ੍ਹੀਆਂ ਬਹੁਤ ਡੈਮੇਜ ਹੋ ਚੁੱਕੀਆਂ, ਵੀ ਅੱਖਾਂ 'ਚ ਕੁਛ ਬਚੀ ਆਈ ਨਹੀਂ, ਇਹ ਅਸੀਂ ਕੁਛ ਨਹੀਂ ਕਹਿ ਸਕਦੇ, ਤੁਸੀਂ MRI ਕਰਵਾਓ ਨਾਲੇ ਅੱਖਾਂ ਦੇ ਹੋਸਪਿਟਲ 'ਚ ਲੈ ਕੇ ਜਾਓ। ਕਹਿੰਦੇ ਕਹਾਉਂਦੇ ਹੋਸਪਿਟਲ ਆ, ਆਪਾਂ ਨਾਮ ਨਹੀਂ ਲੈਣਾ ਕਿਸੇ ਹੋਸਪਿਟਲ ਦਾ, ਜਾਣੀ ਕਿ ਅਸੀਂ ਕੋਈ ਵੀ ਨਹੀਂ ਛੱਡਿਆ, ਹਰ ਇੱਕ ਹੋਸਪਿਟਲ ਗਏ। ਉੱਥੇ ਐਮਰਜੈਂਸੀ ਤਾਂ ਬਣੀ ਆ, ਪਰ ਉਹ ਐਮਰਜੈਂਸੀ ਦੇ ਵਿੱਚ ਕੋਈ ਵੀ ਉੱਥੇ ਡਾਕਟਰ ਹੈ ਨਹੀਂ ਸੀ, ਕਿਉਂਕਿ ਸ਼ਨੀਵਾਰ ਦਾ ਦਿਨ ਸੀਗਾ ਸ਼ਾਮਾਂ ਦਾ, ਹੈ 28 ਮਈ ਜਾਣੀ ਕਿ 2022। ਉਹ ਤੋਂ ਅਗਲੇ ਦਿਨ
ਸੰਡੇ ਸੀਗਾ ਜਾਣ ਕੇ ਸਾਨੂੰ ਸਾਰਿਆਂ ਨੇ ਇਹ ਕਿਹਾ ਵੀ ਡਾਕਟਰ ਸਾਹਿਬ ਹੈ ਨਹੀਂ। ਇੱਦਾਂ ਕਰਦੇ ਕਰਾਉਂਦੇ ਚਲੋ ਰਾਤ ਦੇ 11 ਸਾਢੇ 11 ਦਾ ਟਾਈਮ ਹੁੰਦਾ, ਫਿਰ ਇੱਕ ਡਾਕਟਰ ਤੋਂ ਜਾਂਦੇ, ਉਹ ਕਹਿੰਦੇ ਸਭ ਤੋਂ ਪਹਿਲਾਂ MRI ਕਰਾਓ ਵੀ ਇਹਦੇ ਕੰਨ ਦੇ ਪਿੱਛੇ ਇੱਕ ਨਾੜ ਹੁੰਦੀ ਆ, ਵੀ ਜੇ ਉਹਦਾ ਬਚਾਅ ਹੋ ਗਿਆ ਹੋਵੇ ਤਾਂ ਆਪਾਂ ਅੱਗੇ ਜਾ ਕੇ ਆਪਰੇਸ਼ਨ ਕਰਾਂਗੇ। ਅੱਖਾਂ ਦੇ ਨਹੀਂ ਉਹ ਤਾਂ ਆਪਰੇਸ਼ਨ ਨਹੀਂ ਕਰ ਸਕਦੇ, ਹਨਾ, ਵੀ ਉਹ ਬਹੁਤ ਭਿਆਨਕ ਹੋ ਜਾਂਦਾ, ਨਾਲੇ ਦਿਮਾਗ 'ਤੇ ਸੱਟ ਦੇਖਣੀ ਆ ਵੀ ਲੱਗੀ ਕਿ ਨਹੀਂ ਲੱਗੀ। ਚਲੋ ਜਦੋਂ MRI ਰਵਿੰਦਰ ਅੰਦਰ ਲੱਗੇ ਨਾ ਕਰਨ, ਉਸ ਟਾਈਮ ਤੋਂ ਯਕੀਨ ਕਰੀਏ ਮੈਂ ਇੰਨੀਆਂ ਜਾਣੀ ਕਿ ਵੀ ਅਰਦਾਸਾਂ ਕੀਤੀਆਂ ਵੀ ਮੈਨੂੰ ਇਹ ਚੀਜ਼ ਮੈਂ ਕਿਹਾ ਦਿਮਾਗ 'ਤੇ ਇੱਦਾਂ ਸੱਟ ਨਾ ਲੱਗੀ ਹੋਵੇ, ਕਿਉਂਕਿ ਡਾਕਟਰ ਡਾਕਟਰ ਇਹ ਕਹਿੰਦੇ ਸੀ, ਕਹਿੰਦੇ ਅੱਖਾਂ ਦਾ ਤਾਂ ਬੇਟਾ ਬਾਅਦ ਚੋਂ ਦੇਖਾਂਗੇ, ਵੀ ਜੇ ਦਿਮਾਗ 'ਤੇ ਸੱਟ ਲੱਗੀ ਹੋਈ ਤਾਂ ਫਿਰ ਆਪਾਂ ਆਪਰੇਸ਼ਨ ਹੀ ਨਹੀਂ ਕਹਿੰਦੇ ਕਰ ਸਕਦੇ। MRI ਜਦੋਂ ਹੋਈ ਡਾਕਟਰਾਂ ਨੇ ਇਹ ਕਿਹਾ, ਕਹਿੰਦੇ ਅੰਦਰ ਤੱਕ ਕੱਚ ਚਲ ਗਿਆ ਅੱਖ ਦੇ ਪਿੱਛੇ, ਪਰਦੇ ਤੱਕ ਕੱਚ ਚਲ ਗਿਆ ਵੀ ਬਹੁਤ ਜ਼ਿਆਦਾ, ਜਿਹੜੀ ਦੂਜੀ ਅੱਖ ਆ ਉਹਦੇ ਵੀ ਜਾਣ ਕੇ ਪੁਤਲੀਆਂ ਜਿਹੜੀਆਂ ਵੱਟ ਹੋ ਗਈਆਂ ਸੀਗੀਆਂ, ਪਰ ਉਹਨਾਂ ਨੇ ਇਹ ਕਿਹਾ ਵੀ ਦਿਮਾਗ ਦੀ ਸੱਟ ਜਿਹੜੀ ਆ ਲੱਗੀ ਪਰ ਬਚਾਅ ਹੋ ਗਿਆ। ਫਿਰ MRI ਤੋਂ ਬਾਅਦ ਅਸੀਂ ਡਾਕਟਰਾਂ ਤੋਂ ਚਲੇ ਜਾਂਦੇ ਹਾਂ, ਉਹਨਾਂ ਨੂੰ ਕਿਹਾ ਆਪਰੇਸ਼ਨ ਕਰ ਦਿਓ ਵੀ ਇਹਦੀ MRI ਹੁਣ ਠੀਕ ਆ। ਉਹਨਾਂ ਨੇ ਜੀ ਡਾਕਟਰਾਂ ਨੂੰ ਬੁਲਾਇਆ ਨਹੀਂ, ਜਦ ਕਿ ਕੋਈ ਡਾਕਟਰ ਉੱਥੇ ਪਹੁੰਚੇ ਨਹੀਂ। MRI ਪਹਿਲਾਂ ਕਰਾ ਲਈ, MRI ਕਰ ਦਿੱਤੀ, ਉਸ ਤੋਂ ਬਾਅਦ ਸਾਨੂੰ ਫਿਰ ਭੇਜਤਾ, ਚਲੋ ਜੀ ਵਾਪਸ ਭੇਜਤਾ। ਪਰ ਉਹ ਚਲ ਇੱਕ ਅੱਖ ਦੀ ਅੱਜ ਵੀ ਕਹਿੰਦੇ ਨਹੀਂ ਬੇਟਾ ਔਖਾ ਆ, ਵੀ ਅਸੀਂ ਕੁਝ ਕਹਿ ਨਹੀਂ ਸਕਦੇ। ਉਸ ਟਾਈਮ ਉਹ ਘਰ ਭੇਜ ਦਿੰਦੇ, ਸਾਰੀ ਰਾਤ ਮੈਂ ਤੜਫ ਕੇ ਕੱਟਦੀ, ਇੰਨਾ ਸਾੜ ਪੈਂਦਾ ਸੀ। ਪਹਿਲਾਂ ਤਾਂ ਜਿੱਦਾਂ ਅੱਖਾਂ ਨਾ ਡੈਡ ਜੀਆਂ ਹੋ ਗਈਆਂ ਨੇ, ਉਸ ਟਾਈਮ ਨਹੀਂ ਤਾਂ ਦੁੱਖ ਲੱਗਾ, ਕਹਿੰਦੇ ਹੁੰਦੇ ਨਾ ਤੱਤੇ ਘਾਹ ਨਹੀਂ ਸੱਟ ਦਾ ਪਤਾ ਲੱਗਦਾ, ਜਦੋਂ ਟਾਈਮ ਪੈਂਦਾ ਸਾਰੀ ਰਾਤ ਮੈਂ ਫੇਸ ਵੀ ਮੇਰਾ ਸੁੱਜ ਕੇ ਇੱਥੇ ਆ ਗਿਆ, ਜਦ ਕਿ ਸਾਰੀ ਰਾਤ ਮੈਂ ਤੜਫਦੀ ਰਹੀ, ਜਦ ਕਿ ਮੈਨੂੰ ਉਦੋਂ ਮੈਡੀਕਲ ਸਹੂਲਤ ਦੀ ਲੋੜ ਸੀ, ਰਾਤ ਨੂੰ ਕਿਸੇ ਡਾਕਟਰ ਨੇ ਮੈਨੂੰ ਐਡਮਿਟ ਨਹੀਂ ਕੀਤਾ, ਇੰਨਾ ਦਰਦ ਪੈਂਦਾ ਸੀ। ਮੈਨੂੰ ਪਤਾ ਉਹ ਰਾਤ ਮੈਂ ਕਿੱਦਾਂ ਕੱਟੀ, ਉਹ ਰਾਤ ਕਦੀ ਇੱਦਾਂ ਦੀ ਜ਼ਿੰਦਗੀ 'ਚ ਕਿਸੇ ਦੁਸ਼ਮਣ ਦੇ ਨਾ ਆਵੇ। ਉਹ ਰਾਤ ਮੈਂ ਸੋਚ ਕੇ ਅੱਜ ਵੀ ਮੈਨੂੰ ਰੋਣਾ ਆਉਂਦਾ, ਅੱਜ ਵੀ ਮੇਰੇ ਨੂੰ ਕੰਢੇ ਖੜੇ ਹੋਏ ਹੋਏ, ਬਹੁਤ ਗੰਦੀ ਰਾਤ ਸੀ। ਫਿਰ ਦੂਏ ਦਿਨ ਨਿੰਦਰ ਹੁਣੀ ਮੈਨੂੰ ਹੋਸਪਿਟਲ ਲੈ ਕੇ ਜਾਂਦੇ, ਡਾਕਟਰ ਕਹਿੰਦੇ ਹੁਣ ਬੇਟਾ ਤੇਰਾ ਹੋਸਪਿਟਲ ਵੀ ਆਪਰੇਸ਼ਨ ਕਰਨਾ, ਵੀ ਤੈਨੂੰ ਬੇਹੋਸ਼ ਕਰਨਾ। ਉਹ ਤੋਂ ਬਾਅਦ ਮੈਨੂੰ ਆਪਰੇਸ਼ਨ ਥੀਏਟਰ 'ਚ ਲੈ ਜਾਂਦੇ, ਨਿੰਦਰ ਹੁਣੀ ਤਾਂ ਬਾਹਰ ਹੁੰਦੇ ਆ, 4-5 ਘੰਟੇ ਬਾਅਦ ਆਪਰੇਸ਼ਨ ਥੀਏਟਰ ਤੋਂ ਕੱਢਦੇ ਆ, ਤੇ ਦੂਏ ਦਿਨ ਜਾ ਕੇ ਪੱਟੀ ਖੋਲਦੇ ਆ। ਉਹ ਦੋ ਆਪਰੇਸ਼ਨ ਕਰਦੇ ਆ। ਹਾਂਜੀ ਉਹ ਦੋ ਆਪਰੇਸ਼ਨ ਕਰਦੇ ਆ, ਇੱਕ ਹਨਾ ਆਸ ਹੁੰਦੀ ਆ ਵੀ ਚਲੋ ਹੁਣ ਆਪਰੇਸ਼ਨ ਹੋਊਗਾ, ਹੁਣ ਜਦੋਂ ਪੱਟੀ ਖੋਲਾਂਗੇ ਹਨਾ ਵੀ ਰੁਪਿੰਦਰ ਨੂੰ ਕੁਛ ਨਾ ਕੁਛ ਜ਼ਰੂਰ ਦਿਸੂਗਾ, ਵੀ ਇੱਕ ਆਸ ਸੀਗੀ। ਜਦੋਂ ਡਾਕਟਰਾਂ ਕੋਲ ਅਸੀਂ ਜਾਂਦੇ ਹਾਂ ਵੀ ਉਹ ਇਹਦੀ ਅੱਖਾਂ ਦੀ ਪੱਟੀ ਪਹਿਲੀ ਇੱਕ ਖੋਲਦੇ ਆ, ਅੱਖ ਨੂੰ ਚੈੱਕ ਕਰਦੇ ਆ, ਇੱਦਾਂ ਹੱਥ ਲਾਉਂਦੇ ਆ, ਰੁਪਿੰਦਰ ਨੂੰ ਕੁਛ ਨਹੀਂ ਦਿਸਦਾ, ਇਹ ਕਹਿੰਦੇ ਨਹੀਂ ਕੁਛ ਨਹੀਂ ਦਿਸਦਾ, ਲੈਟ ਮਾਰਦੇ ਆ। ਫਿਰ ਦੂਜੀ ਅੱਖ ਤੋਂ ਪੱਟੀ ਚੱਕਦੇ ਆ, ਉਹ ਕਹਿੰਦੇ ਬੇਟਾ ਕਿੰਨੇ ਆ, ਇਹ ਕਹਿੰਦੇ ਨਹੀਂ ਕੁਛ ਨਹੀਂ ਦਿਸਦਾ ਮੈਨੂੰ। ਉਸ ਟਾਈਮ ਜਾਣੀ ਕਿ ਡਾਕਟਰਾਂ ਦਾ ਵੀ ਚਿਹਰਾ ਥੋੜ੍ਹਾ ਇੱਦਾਂ ਹੋ ਗਿਆ ਸੀ ਵੀ ਉਹਨਾਂ ਨੂੰ ਲੱਗਾ ਵੀ ਨਹੀਂ ਹਨਾ ਵੀ ਅਸੀਂ ਵੀ ਸਕਸੈਸਫੁਲ ਨਹੀਂ, ਜਾਣੀ ਕਿ ਵੀ ਹੋਏ ਵੀ ਇਹਦੀ ਅੱਖਾਂ ਦੀ ਰੋਸ਼ਨੀ ਵੀ ਜ਼ਿਆਦਾ ਸੱਟ ਲੱਗ ਗਈ ਜਾਂ ਡੈਮੇਜ ਹੋ ਗਈਆਂ। ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਆ ਵੀ ਕੁੜੀ ਨੂੰ ਜਾਣੀ ਕਿ ਜਿੱਥੇ ਚੰਡੀਗੜ੍ਹ ਲੈ ਜਾਓ ਵੀ ਹਾਂਜੀ ਹਾਂ ਰੈਫਰ ਵੀ ਕੀਤਾ। ਫਿਰ ਡਾਕਟਰ ਮੈਨੂੰ ਕਹਿੰਦੇ ਤੁਸੀਂ ਮੇਰੀ ਆ ਕੇ ਗੱਲ ਸੁਣਿਓ, ਮੈਂ ਸੁਣਦਾ ਉਹਨਾਂ ਦੀ ਗੱਲ। ਉਹ ਮੈਨੂੰ ਕਹਿੰਦੇ ਸੱਟ ਬਹੁਤ ਜ਼ਿਆਦਾ ਲੱਗ ਗਈ ਆ ਵੀ ਤੁਸੀਂ ਇੱਦਾਂ ਕਰੋ ਇਹਨਾਂ ਨੂੰ ਚੰਡੀਗੜ੍ਹ ਲੈ ਜਾਓ। ਜਦੋਂ ਚੰਡੀਗੜ੍ਹ ਜਾਣਾ ਹੁੰਦਾ ਰੁਪਿੰਦਰ ਮੰਨਦੀ ਨਹੀਂ, ਵੀ ਇੱਕ ਡਰ ਹੁੰਦਾ ਨਾ ਬੰਦੇ ਦੇ ਮਨ ਵਿੱਚ PGI ਦੇ ਨਾਮ ਤੋਂ ਹਰ ਕੋਈ ਡਰ ਜਾਂਦਾ, ਰੈਫਰ ਕਰ ਦਿੰਦੇ ਚੰਡੀਗੜ੍ਹ। ਤੇ ਫਿਰ ਨਿੰਦਰ ਫਿਰ ਵੀ ਆਸ ਨਹੀਂ ਛੱਡਦਾ, ਇਹ ਕਹਿੰਦਾ ਨਹੀਂ ਨਹੀਂ ਮੈਂ ਵੀ ਤੈਨੂੰ ਹੋਰ ਹੋਸਪਿਟਲ ਦਿਖਾਉਂ। ਮੈਨੂੰ ਬਹੁਤ ਸਾਰੇ ਪ੍ਰਾਈਵੇਟ ਹੋਸਪਿਟਲ 'ਚ ਨਿੰਦਰ ਹੁਣ ਉਸ ਦਿਨ ਲੈ ਕੇ ਜਾਂਦੇ ਆ, ਪਰ ਸਾਰੇ ਜਵਾਬ ਦੇ ਜਾਂਦੇ, ਕਹਿੰਦੇ ਹੱਸਦੇ ਹੱਥ ਵੱਸ ਨਹੀਂ ਕੁੜੀ, ਇਹਦੀਆਂ ਅੱਖਾਂ ਡੈਮੇਜ ਹੋ, ਮੇਰੇ ਮੂੰਹ 'ਤੇ ਮੈਨੂੰ ਇਹ ਗੱਲ ਕਹਿ ਦਿੰਦੇ ਆ। ਮੈਨੂੰ ਪਤਾ ਉਸ ਟਾਈਮ ਮੇਰੇ 'ਤੇ ਕੀ ਬੀਤੀ ਸੀਗੀ, ਮੈਂ ਦੱਸ ਨਹੀਂ ਸਕਦੀ ਵੀ, ਜਦਕਿ ਡਾਕਟਰ ਕਹਿੰਦੇ ਅੱਖਾਂ ਜ਼ਿਆਦਾ ਡੈਮੇਜ ਹੋ ਚੁੱਕੀਆਂ। ਫਿਰ ਮੈਨੂੰ ਇੱਥੇ ਲੈ ਆਉਂਦੇ, ਚਲੋ ਮੈਨੂੰ ਆਸ ਹੁੰਦੀ ਇੱਥੇ ਡਾਕਟਰ ਮੇਰਾ ਵੀ ਆਪਰੇਸ਼ਨ ਵਗੈਰਾ ਕਰਨਗੇ, ਅਤੇ ਇੱਥੇ ਚਲੋ ਲੈ ਕੇ ਆਉਂਦੇ ਚੰਡੀਗੜ੍ਹ, ਅਤੇ ਫਿਰ ਇੱਥੇ ਮੇਰਾ ਡਾਕਟਰ ਆਪਰੇਸ਼ਨ ਕਰਦੇ ਆ। ਉਹ ਤੋਂ ਬਾਅਦ ਮੈਨੂੰ ਨਾ ਬਹੁਤ ਟਾਈਮ ਤਾਂ ਨਹੀਂ ਦੇਖਦਾ ਹੁੰਦਾ, ਚਲੋ ਅੱਖ ਨਿੰਦਰੀ ਮੈਨੂੰ ਧੁੱਪ ਛਾਂਦੀ ਕਰਨ ਲੱਗਾ, ਡਾਕਟਰ ਕਹਿੰਦੇ ਅੱਖ ਬਹੁਤ ਡੈਮੇਜ ਹੋ ਚੁੱਕੀ ਆ, ਨਾੜਾਂ ਵੀ ਬਲੌਕ ਹੋ ਚੁੱਕੀਆਂ, ਅਨਮੋਲ ਅੰਗ ਆ ਇੱਕ ਅੱਖ ਦਾ, ਫਿਰ ਡਾਕਟਰਾਂ ਨੇ ਜਵਾਬ ਵੀ ਦੇ ਦਿੱਤਾ। ਇੱਕ ਅੱਖ ਦਾ ਕਹਿੰਦੇ ਵੀ ਚਲੋ ਰੱਬ ਪਰਮਾਤਮਾ ਲਿਆਊਗਾ, ਵੀ ਐਕਸੀਡੈਂਟ ਬਹੁਤ ਭਿਆਨਕ ਸੀ। ਹਾਂਜੀ ਜਿਹੜੀ ਦੂਜੀ ਅੱਖ ਆ ਜਾਣੀ ਕਿ ਉਹਦੇ ਉਹਨਾਂ ਨੇ ਸਰਜਰੀਆਂ ਕੀਤੀਆਂ ਆ, ਵੀ ਕਹਿ ਲਓ ਵੀ ਅੱਖ ਦੀ ਜਿਹੜੀ ਪੁਤਲੀ ਆ ਵੀ ਹਨਾ ਉਹਦੀਆਂ ਸਰਜਰੀਆਂ ਹੋਈਆਂ ਆ, ਵੀ ਇੱਕ ਕੋਸ਼ਿਸ਼ ਆ ਕਹਿੰਦੇ ਵੀ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਡਾਕਟਰ ਸਾਹਿਬ ਇਹਦੀ ਅੱਖਾਂ ਦੀ ਰੋਸ਼ਨੀ ਆ ਜੂ, ਉਹ ਕਹਿੰਦੇ ਵੀ ਇਲਾਜ ਵੀ ਲੰਬਾ ਆ ਵੀ ਤੁਸੀਂ ਅਸੀਂ ਗਰੰਟੀ ਨਹੀਂ ਲੈਂਦੇ ਹੈਗੇ, ਇੱਕ ਕੋਸ਼ਿਸ਼ ਕਰਦੇ ਹਾਂ। ਉਦੋਂ ਤੋਂ ਲੈ ਕੇ ਹੁਣ ਤੱਕ ਜਾਣੀ ਕਿ ਇਹਦਾ ਟ੍ਰੀਟਮੈਂਟ ਚੱਲਦਾ ਪਿਆ ਆ, ਵੀ ਪੂਰੀ ਇਹੀ ਇੱਕ ਆਸ ਹੁੰਦੀ ਆ ਹਰ ਇੱਕ ਦਿਨ ਜਦੋਂ ਵੀ ਉੱਠਦੀ ਆ ਰੁਪਿੰਦਰ, ਵੀ ਕਹਿੰਦੀ ਆ ਵੀ ਮੇਰੀ ਮੈਨੂੰ ਸਵੇਰ ਨੂੰ ਕੋਈ ਚਮਤਕਾਰੀ ਹੋ ਜਾਵੇ ਹਨਾ ਵੀ ਮੈਨੂੰ ਦਿਸਣ ਲੱਗ ਪਵੇ। ਬਾਕੀ ਤੁਸੀਂ ਉਹ ਨਿੰਦਰ ਚੇਤੇ ਕਰਕੇ ਨਿੰਦਰ ਅੱਜ ਵੀ ਰੋਣਾ ਆਉਂਦਾ, ਉਹ ਚੇਤੇ ਨਹੀਂ ਮੈਂ ਕਰਨਾ ਚਾਹੁੰਦੀ, ਬਹੁਤ ਭਿਆਨਕ ਆ ਮੈਨੂੰ ਇਹ ਹੁੰਦਾ।
ਪਹਿਲਾਂ ਕੁਛ ਕਿਤੇ ਹੋਰ ਆ ਜਾਂਦਾ ਬਹੁਤ ਜ਼ਿਆਦਾ ਹੁੰਦਾ। ਹਾਂਜੀ ਜਾਣ ਕੇ ਵੀ ਉਹ ਟਾਈਮ ਚੇਤੇ ਜਾਣ ਕੇ ਵੀ ਕਰ ਉਹਨੂੰ ਦਿਲ ਨਹੀਂ ਕਰਦਾ ਕਿਉਂਕਿ ਇੱਕ ਧੜਕਣ ਹੈ ਨਾ ਬਦਲਣ ਲੱਗ ਪੈਂਦੀ ਆ ਵੀ ਉਹ ਬਹੁਤ ਭਿਆਨਕ ਹਾਦਸਾ ਸੀ ਉਹ ਟਾਈਮ ਕਿੱਦਾਂ ਕੱਢਿਆ ਵੀ ਆਹ ਟਾਈਮ ਜਿਹੜਾ ਹੁਣ ਚੱਲਦਾ ਪਿਆ ਵੀ ਸਾਨੂੰ ਪਤਾ ਵੀ ਕਿੰਨਾ ਮੁਸ਼ਕਲ ਆ ਵੀ ਇਹ ਸਮੇਂ ਦੇ ਵਿੱਚੋਂ ਇਹ ਇੱਕ ਇੱਕ ਦਿਨ ਸਾਡਾ ਬੀਤਦਾ ਨਹੀਂ ਹੈਗਾ ਆਹ ਇੱਕ ਇੱਕ ਦਿਨ ਸਾਡਾ ਜਿਹੜਾ ਨਾ ਇੱਕ ਮਹੀਨੇ ਨਾਲ ਦਾ ਆ ਅਤੇ ਇੱਕ ਮਹੀਨਾ ਸਾਡਾ ਇੱਕ ਸਾਲ ਨਾਲ ਦਾ ਆ ਵੀ ਬਹੁਤ ਔਖਾ ਹੋ ਜਾਂਦਾ ਇਸ ਹਾਲਾਤ ਵਿੱਚ। ਕਈ ਵਾਰੀ ਕਹੂੰਗੀ ਦੁਨੀਆਦਾਰੀ ਰੰਗ ਤਮਾਸ਼ੇ ਹੈ ਨਾ ਮੈਨੂੰ ਮੇਰਾ ਬਹੁਤ ਦੇਖਣ ਨੂੰ ਦਿਲ ਕਰਦਾ ਦਿਲਿੰਦਰ ਮੈਂ ਤੈਨੂੰ ਦੇਖਣਾ ਜਾਣੀ ਕਿ ਉਸ ਟਾਈਮ ਕਾਲਜ ਦੇ ਵਿੱਚ ਹੌਲ ਪੈਂਦੇ ਆ ਕਿ ਰੱਬਾ ਮੇਰੀ ਭਾਵੇਂ ਮੌਤ ਵੀ ਆ ਜਾਂਦੀ ਪਰ ਹੈ ਨਾ ਜਾਂ ਮੇਰੀ ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਵੀ ਇਹਦੀ ਮੇਰੇ ਘਰ ਵਾਲੇ ਦੀ ਅੱਖਾਂ ਦੀ ਰੋਸ਼ਨੀ ਨਾ ਜਾਂਦੀ।